27/6/2017 ਨੂੰ ਜੋ ਚੈਨਲ ਮਗਨਰੇਗਾ ਸੰਬੰਧੀ ਸ਼ੁਰੂ ਕੀਤਾ ਗਿਆ ਹੈ, ਉਸ ਚੈਨਲ ਤਹਿਤ ਅਸੀਂ ਅੱਜ ਪਹੁੰਚੇ ਹਾਂ ਪਿੰਡ ਮਾਨਸਪਾਲ ਵਿਖੇ, ਜਿੱਥੇ ਅਸੀਂ ਸੋਕਪਿੱਟ ਦਾ ਕੰਮ ਮਗਨਰੇਗਾ ਸਕੀਮ ਅਧੀਨ ਕਰਵਾਇਆ ਗਿਆ ਹੈ। ਉਸ ਸੋਕਪਿੱਟ ਜਿਹੜਾ ਬਣਾਇਆ ਗਿਆ ਹੈ, ਉਸ ਵਿੱਚ ਤਕਰੀਬਨ 65 ਸੋਕਪਿੱਟ ਇਸ ਪਿੰਡ ਵਿੱਚ ਬਣਾਏ ਗਏ ਹਨ। ਸੋਕਪਿੱਟ ਕੁਝ ਹੋਰ ਨਹੀਂ, ਘਰ ਦੇ ਜੋ ਗੰਦਾ ਪਾਣੀ ਹੈ ਉਸੇ ਦੀ ਨਿਕਾਸੀ ਲਈ ਔਰ ਜਿਹੜਾ ਪਾਣੀ ਉਸੇ ਨੂੰ ਸਾਂਭਣ ਲਈ ਇੱਕ ਹਰ ਘਰ ਵਿੱਚ ਸੋਕਪਿੱਟ ਲਗਾਇਆ ਜਾਂਦਾ ਹੈ। ਤਕਰੀਬਨ 4,99,000 ਜਿਹੜਾ ਐਸਟੀਮੇਟ ਸੀਗਾ, ਪਰ ਇਹ ਕੰਮ 3,29,000 ਵਿੱਚ ਹੀ ਮੁਕੰਮਲ ਕਰ ਦਿੱਤਾ ਗਿਆ। ਕੇਵਲ ਕੰਮ ਹੀ ਨਹੀਂ, ਇਸ ਪਿੰਡ ਵਿੱਚ ਕਨਵਰਜੈਂਸ ਵੀ ਕੀਤੀ ਗਈ। ਮਨਰੇਗਾ ਅਤੇ ਤਲਵੰਡੀ ਸਾਬੋ ਪਾਵਰ ਲਿਮਿਟਡ ਦੀ ਜਿਹੜੀ ਕਨਵਰਜੈਂਸ ਕੀਤੀ ਗਈ ਅਤੇ ਦੋਨਾਂ ਨੇ ਮਿਲ ਕੇ ਜਿਹੜਾ ਇਹ ਕੰਮ ਕਰਵਾਇਆ ਗਿਆ। ਸੋ ਭਾਰਤ ਸਰਕਾਰ ਦੀ ਹਦਾਇਤਾਂ ਅਨੁਸਾਰ ਬੋਰਡ ਲੱਗਿਆ, ਤੁਸੀਂ ਦੇਖ ਸਕਦੇ ਹੋ। ਇਸ ਵਿੱਚ ਕੰਮ ਨਾਲ ਸੰਬੰਧਿਤ ਸਾਰੀ ਡਿਟੇਲ ਦਿੱਤੀ ਗਈ ਹੈ। ਪਿੰਡ ਪਿੰਡ ਵਿੱਚ ਇਹ ਬੋਰਡ ਲਗਾਏ ਜਾ ਰਹੇ ਹਨ। ਹੁਣ ਇਸ ਤੋਂ ਬਾਅਦ ਆਪਾਂ ਇੱਕ ਘਰ ਵਿੱਚ ਜਾ ਕੇ ਸੋਕਪਿੱਟ ਦੀ ਵਿਧੀ ਨੂੰ ਦੇਖਾਂ। ਆਓ, ਤੁਹਾਨੂੰ ਅਸੀਂ ਹੁਣ ਸੋਕਪਿੱਟ ਦਾ ਦਿਖਾਉਂਦੇ ਹਾਂ ਕਿ ਕਿਵੇਂ ਕੰਮ ਕਰਦਾ ਹੈ। ਤੁਸੀਂ ਦੇਖ ਸਕਦੇ ਹੋ ਉਹਦੇ 'ਚੋਂ ਪਾਣੀ ਆ ਰਿਹਾ, ਇਸ ਡੱਗ ਵਿੱਚ ਆ ਕੇ ਪਾਣੀ ਰੁਕ ਜਾਂਦਾ, ਸਿਲਟ ਰੁਕ ਜਾਂਦੀ ਹੈ ਔਰ ਇਸ ਪਾਈਪ ਰਾਹੀਂ ਸੋਕਪਿੱਟ ਵਿੱਚ ਚਲਾ ਜਾਂਦਾ। ਇਸ ਤੋਂ ਬਾਅਦ ਇਹ ਪਾਣੀ ਜੋ ਸੋਕਪਿੱਟ ਇੱਥੇ ਲੱਗ ਚੁੱਕਿਆ ਹੈ, ਇਸ ਵਿੱਚ ਆ ਜਾਂਦਾ ਹੈ ਔਰ ਤਕਰੀਬਨ ਤੁਸੀਂ ਉਸਦੇ ਆਸੇ ਪਾਸੇ ਦੇਖ ਸਕਦੇ ਹੋ, ਕੋਈ ਵੀ ਪਾਣੀ ਬਾਹਰ ਨਹੀਂ ਆ ਰਿਹਾ ਔਰ ਤਕਰੀਬਨ 1 ਸਾਲ ਹੋ ਚੁੱਕਿਆ ਹੈ ਇਹ ਸੋਕਪਿੱਟ ਲੱਗੇ ਨੂੰ, ਹਜੇ ਇਹਨਾਂ ਵਿੱਚੋਂ ਕਿਤੇ ਪਾਣੀ ਨਿਕਲਣ ਦੀ ਸ਼ਿਕਾਇਤ ਨਹੀਂ ਆਈ ਹੈ। ਲੋਕ ਇਸ ਗੱਲੋਂ ਬਹੁਤ ਖੁਸ਼ ਨੇ। ਆਲਾ ਦੁਆਲਾ ਤੁਸੀਂ ਦੇਖ ਸਕਦੇ ਹੋ ਤਕਰੀਬਨ ਸਾਫ਼ ਹੈ ਔਰ ਜਿਹੜਾ ਪਾਣੀ ਵੀ ਨਹੀਂ ਦਿਖ ਰਿਹਾ ਹੈ, ਸਾਰਾ ਚੁਗਰਦਾ ਜੋ ਸੁੱਕਾ ਪਿਆ ਹੈ ਇਹ ਸੋਕਪਿੱਟ ਦੀ ਹੀ ਦੇਣ ਹੈ। ਇਹ ਤਕਰੀਬਨ ਜਿਹੜਾ ਸੋਕਪਿੱਟ ਹੈ ਕਿਵੇਂ ਬਣਾਇਆ ਜਾਂਦਾ ਹੈ ਉਸਦੀ ਵਿਧੀ ਬਾਰੇ ਦੱਸਿਆ ਗਿਆ, ਉਸਦਾ ਇੱਕ ਮੈਪ ਤਿਆਰ ਕਰ ਦਿੱਤਾ ਗਿਆ ਤਾਂ ਜੋ ਪਿੰਡ ਦੇ ਲੋਕ ਅਤੇ ਹੋਰ ਪਿੰਡਾਂ ਦੇ ਲੋਕ ਆ ਕੇ ਇੱਥੇ ਦੇਖ ਸਕਣ ਕਿ ਸੋਕਪਿੱਟ ਕਿਸ ਤਰ੍ਹਾਂ ਕੰਮ ਕਰਦਾ ਔਰ ਕਿਸ ਤਰ੍ਹਾਂ ਇਹ ਬਣਾਇਆ ਜਾਂਦਾ ਹੈ। ਹਰ ਘਰ ਵਿੱਚ ਇੱਕ ਲੋਗੋ ਵੀ ਲਗਾਇਆ ਗਿਆ ਹੈ ਜਿਸ ਉੱਤੇ ਨੰਬਰ ਲਿਖਿਆ ਗਿਆ ਹੈ ਤਾਂ ਜੋ ਘਰ ਵਿੱਚ ਲੱਗੇ ਸੋਕਪਿੱਟ ਬਾਰੇ ਪਤਾ ਲੱਗ ਸਕੇ ਅਤੇ ਨੰਬਰ ਬਾਰੇ ਵੀ ਜਾਣਿਆ ਜਾ ਸਕੇ। ਸੋ ਅਸੀਂ ਹੁਣ ਸ਼੍ਰੀ ਸੁਖਦੇਵ ਸਿੰਘ ਹੋਰਾਂ ਦੇ ਘਰਾਂ ਵਿੱਚ ਆਏ ਹਾਂ। ਇਹਨਾਂ ਦੇ ਘਰ ਸੋਕਪਿੱਟ ਲੱਗੇ ਨੂੰ ਤਕਰੀਬਨ 1 ਸਾਲ ਹੋ ਚੁੱਕਿਆ ਹੈ। ਡੱਗ ਤੁਸੀਂ ਬਣਿਆ ਦੇਖ ਸਕਦੇ ਹੋਗੇ, ਇਹ ਜਿਹੜਾ ਪ੍ਰੀ ਟੈਂਕ ਹੈ ਜਿਸ ਵਿੱਚ ਸਿਲਟ ਜੰਮਦੀ ਹੈ ਔਰ ਟੈਂਕ ਉਹਨਾਂ ਦੇ ਘਰ ਇੱਥੇ ਹੈ। ਸੋ ਹੁਣ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਪਿਛਲੇ 1 ਸਾਲ ਦਾ ਸਮਾਂ ਇਹਨਾਂ ਦਾ ਕਿਵੇਂ ਰਿਹਾ, ਇਹਨਾਂ ਨੂੰ ਸੋਕਪਿੱਟ ਨੇ ਫਾਇਦਾ ਦਿੱਤਾ ਜਾਂ ਨੁਕਸਾਨ ਦਿੱਤਾ। ਸੋ ਕਿਵੇਂ ਹੈ ਜੀ ਤੁਹਾਡਾ, ਕਿਵੇਂ ਤੁਹਾਨੂੰ ਲੱਗਿਆ ਕਿ ਇਹ ਪ੍ਰੋਜੈਕਟ ਕਾਮਯਾਬ ਹੈ ਜਾਂ ਫਾਇਦਾ ਰਿਹਾ, ਕੀ ਕਹਿਣਾ ਚਾਹੁੰਦੇ? ਸਾਡਾ ਸੋਕਪਿੱਟ ਵਧੀਆ ਚੱਲਦਾ ਹੈਗਾ। ਇਸ ਦੇ ਵਿੱਚ ਜਿਹੜਾ ਆਪਣੇ ਕੱਪੜੇ ਧੋਣ ਦਾ ਪਾਣੀ ਹੈ ਜਾਂ ਸਾਡਾ ਉਸ ਦਾ ਪਾਣੀ ਹੈ, ਸਾਰਾ ਸੋਕਪਿੱਟ ਦੇ ਵਿੱਚ ਜਾਂਦਾ, ਚਿੱਕੜ ਹੋਣ ਤੋਂ ਬਚ ਗਿਆ, ਬਾਹਰ ਜਾਣ ਤੋਂ ਬਚ ਗਿਆ, ਬਹੁਤ ਵਧੀਆ ਠੀਕ ਚੱਲਦਾ। ਬਾਕੀ ਇਹਦੀ ਸਫਾਈ ਅਸੀਂ 1-2 ਮਹੀਨੇ ਤੋਂ ਕਰ ਦਿੰਦੇ ਹਾਂ, ਉਹ ਸਫਾਈ ਦੇ ਨਾਲ ਬਹੁਤ ਸੋਹਣਾ ਚੱਲਦਾ। ਤੁਹਾਨੂੰ ਕਦੇ ਕੋਈ ਦਿੱਕਤ ਆਈ ਹੋਵੇ, ਪਾਣੀ ਵਾਪਸ ਆਇਆ ਹੋਵੇ, ਇਹੋ ਜਿਹਾ ਕੁਛ ਦੇਖਣ ਨੂੰ ਮਿਲਿਆ ਹੋਵੇ? ਹਾਲ ਤੱਕ ਜੀ ਇਹਦਾ ਪਾਣੀ ਕਦੇ ਵਾਪਸ ਨਹੀਂ ਆਇਆ, ਕਦੇ ਕੋਈ ਦਿੱਕਤ ਨਹੀਂ ਆਈ, ਸੁੱਖ ਬਹੁਤ ਆਇਆ ਇਹਦਾ ਸਾਨੂੰ ਚਿੱਕੜ ਹੋਣ ਤੋਂ। ਅਤੇ ਸਰਕਾਰ ਨੇ ਜਿਹੜਾ ਪ੍ਰੋਜੈਕਟ ਹੈ ਤੁਹਾਡੇ ਮੁਫਤ ਲਾਇਆ ਕਿ ਤੁਹਾਡੇ ਤੋਂ ਕੋਈ ਪੈਸਾ ਲਿਆ ਇਸ ਮਗਰ, ਜਾਂ ਤੁਹਾਡੇ ਤੋਂ ਕੋਈ ਖਰਚਾ ਕਰਵਾਇਆ ਇਸ ਸੋਕਪਿੱਟ 'ਤੇ? ਨਾ ਜੀ, ਸੋਕਪਿੱਟ ਤਾਂ ਗੌਰਮੈਂਟ ਨੇ ਸਾਨੂੰ ਆਪ ਹੀ ਲਾ ਕੇ ਦਿੱਤਾ ਹੈਗਾ, ਸਾਥੋਂ ਕੋਈ ਖਰਚਾ ਨਹੀਂ ਲਿਆ, ਸਾਡਾ ਕੋਈ ਖਰਚਾ ਨਹੀਂ ਹੋਇਆ ਇਹ 'ਤੇ। ਚਲੋ, ਬਹੁਤ ਵਧੀਆ ਚੀਜ਼ ਹੈ, ਜੇ ਇਸ ਤਰ੍ਹਾਂ ਚੱਲਦੀ ਰਹੇ ਸੌਖਾ ਹੈ ਸਾਨੂੰ ਬਹੁਤ ਜ਼ਿਆਦਾ, ਵੀ ਇਹਦਾ ਚਿੱਕੜ ਹੋਣ ਤੋਂ ਬਚ ਗਏ ਸੀ। ਅੱਗੇ ਚਿੱਕੜ ਹੁੰਦਾ ਸੀ, ਸੜਕ 'ਤੇ ਪਾਣੀ ਜਾਂਦਾ ਸੀ, ਸੜਕ ਵਾਲੇ ਵੀ ਕਹਿੰਦੇ ਸੀ ਵੀ ਪਾਣੀ ਨਾ ਬਾਹਰ ਆਵੇ, ਪਰ ਕਰੀਏ ਕਿ ਮਜਬੂਰੀ ਸੀ, ਫਿਰ ਕੱਪੜੇ ਧੋਣ ਵੇਲੇ ਰੁੱਕ ਜਾਂਦਾ। ਚਲੋ, ਅਸੀਂ ਧੰਨਵਾਦ ਕਰਦੇ ਹਾਂ, ਜਿਵੇਂ ਤੁਸੀਂ ਇਸ ਨੂੰ ਸਾਂਭ ਕੇ ਰੱਖਿਆ ਇਸੇ ਤਰ੍ਹਾਂ ਸਾਂਭ ਕੇ ਰੱਖੋ ਔਰ ਵੱਧ ਤੋਂ ਵੱਧ ਚੱਲ ਸਕੇ। ਇਸੇ ਲੜੀ ਵਿੱਚ ਜਿਹੜੀ ਅਸੀਂ ਸੋਕਪਿੱਟ ਦੀ ਪਹਿਲਾਂ ਗੱਲ ਕੀਤੀ ਹੈ, ਸੋਕਪਿੱਟ ਕਿਵੇਂ ਬਣਾਏ ਅਤੇ ਕੀ ਖਰਚਾ ਆਇਆ, ਹੁਣ ਅਸੀਂ ਗੱਲ ਕਰਾਂਗੇ ਆਮ ਲੋਕਾਂ ਨਾਲ। ਇਸ ਪਿੰਡ ਦੇ ਜਿਹੜੇ ਲੋਕ ਨੇ ਉਹ ਕੀ ਸਮਝਦੇ ਨੇ ਕਿ ਕੰਮ ਇਹ ਹੈ ਜਿਹੜਾ ਫਾਇਦੇ ਦਾ ਹੈ ਜਾਂ ਇਸ ਦੇ ਨੁਕਸਾਨ ਹੋਏ ਨੇ, ਤਾਂ ਆਪਾਂ ਆਮ ਲੋਕਾਂ ਨੂੰ ਪੁੱਛਦੇ ਹਾਂ। ਅਤੇ ਮੈਂ ਹੁਣ ਗੱਲ ਕਰੂੰਗਾ ਬਾਈ ਜੀ ਨਾਲ ਕਿ ਤੁਸੀਂ ਕੀ ਸਮਝਦੇ ਹੋ, ਜਿਹੜੇ ਸੋਕਪਿੱਟ ਬਣਾਏ ਗਏ ਸੀਗੇ ਉਹਦੇ ਫਾਇਦੇ ਹੋਏ ਹੈ ਜਾਂ ਉਹਦਾ ਕੋਈ ਨੁਕਸਾਨ ਹੋਇਆ, ਤੁਸੀਂ ਖੁੱਲ੍ਹ ਕੇ ਇਸ ਬਾਰੇ ਦੱਸ ਸਕਦੇ ਹੋ ਆਮ ਲੋਕਾਂ ਤੱਕ ਆਪਾਂ ਕੀ
ਕੀ ਸੋਚਦੇ ਹੋ ਤੁਸੀਂ? ਠੀਕ ਹੈ ਜੀ, ਬਸ ਠੀਕ ਤਾਂ ਬਹੁਤ ਵਧੀਆ ਜੀ, ਕੋਈ ਸਾਹਮਣੇ ਹਾਂਜੀ ਕੋਈ ਚੱਕਰ ਨਹੀਂ ਹੁੰਦਾ, ਹਾਂਜੀ ਗਰਕੜ ਨਹੀਂ ਹੁੰਦੀ, ਹਾਂਜੀ ਉਹ ਹੈ ਸਾਹਮਣੇ ਦੀ ਗੱਲ, ਠੀਕ ਹੈ ਜੀ, ਚੀਜ਼ ਬਹੁਤ ਵਧੀਆ। ਹੋਰ ਤਾਂ ਇਹ ਹੈ ਵੀ ਆ ਲੜਾਈਆਂ ਦਾ ਭਾਵੇਂ ਮਿੰਟ ਨਿਬੜ ਗਏ, ਹਾਂਜੀ ਨਾਲੇ ਵਿੱਚ ਪਾਣੀ ਪੈਣੋਂ ਹਟ ਗਿਆ, ਮੱਛਰ ਦਾ ਫਰਕ ਪੈਂਦਾ ਇਸ ਚੀਜ਼ ਨਾਲ, ਠੀਕ ਹੈ ਜੀ। ਕਿੰਨਾ ਸਮਾਂ ਹੋ ਗਿਆ ਜੀ ਤਕਰੀਬਨ ਲੱਗੇ ਨੂੰ ਇਹ ਸੁੱਕ ਪਿੱਟ ਤੋਂ? ਇਹਨਾਂ ਦਾ ਸਾਲ ਹੋ ਗਿਆ ਜੀ, ਸਾਲ ਹੋ ਗਿਆ। ਅਤੇ ਕਦੇ ਇਹੋ ਜਿਹਾ ਟਾਈਮ ਆਇਆ ਵੀ ਤੁਹਾਨੂੰ ਲੱਗੇ ਵੀ ਇਹ ਵਾਪਸ ਆ ਗਿਆ ਜਾਂ ਇਹ 'ਚੋਂ ਪਾਣੀ ਨਿਕਲ ਰਿਹਾ ਵਾਪਸ? ਨਾ ਜੀ, ਕਦੇ ਇਹੋ ਜਿਹਾ ਮੌਕਾ ਆਇਆ ਜੀ? ਮੇਰੇ ਤਾਂ ਪਤਾ ਕਦੇ ਵੀ ਨਹੀਂ। ਆਹ ਸਾਡੇ ਆਹ ਗਵਾਂਢੀ ਨੇ, ਠੀਕ ਹੈ ਜੀ, ਅੱਗੇ ਚੱਕਰ ਛੜਕ ਭਰੀ ਰਹਿੰਦੀ, ਭੋਰਾ ਵੀ ਨਹੀਂ ਦੁਬਾਰਾ, ਸਟਿੱਪ ਵੀ ਨਹੀਂ ਨਿਕਲੀ। ਠੀਕ ਹੈ ਜੀ, ਕਦੇ ਤੁਹਾਡੇ ਮਨ 'ਚ ਇਹ ਆਇਆ ਹੋਵੇ ਵੀ ਇਹ ਜਿਹੜਾ ਹੈਗਾ ਕਦੋਂ ਦੱਬ ਗਿਆ ਜਾਂ ਸਿੱਲ ਚੜ੍ਹਦੀ ਹੋਵੇ ਕੋਈ ਇਹੋ ਜਿਹਾ ਮਸਲਾ ਤੁਹਾਡੇ ਸਾਹਮਣੇ? ਪਤਾ ਜੀ ਇਹ ਹੈ, ਜਿੱਦਾਂ ਹੁਣ ਕੋਈ ਕਿਸਾਨ ਕੇ ਕੁੱਟ ਕੇ ਰੱਖੇ ਪਾਸੇ ਉੱਚਾ ਕਰਕੇ ਰੱਖੇ, ਹਾਂਜੀ ਹਾਂਜੀ ਨਹੀਂ ਹੁੰਦਾ, ਠੀਕ ਹੈ ਜੀ, ਜੇ ਉਹਦੀ ਗੌਰ ਨਹੀਂ ਰੱਖੀ ਤਾਂ ਬੈਠੂਗਾ ਹੀ ਫਿਰ, ਜਾਂ ਕੰਧ ਨੂੰ ਜਿਵੇਂ ਆਪਾਂ ਕਹਿੰਦੇ ਨੇੜੇ ਕੰਧ ਆਈ ਕਿਤੇ ਸਿੱਲ ਚੜ੍ਹੀ ਹੋਵੇ ਕੋਈ ਇਹੋ ਜਿਹਾ ਦਾਲ ਵੀ ਨਹੀਂ। ਤਾਂ ਤਕਰੀਬਨ ਜਿਹੜਾ ਇਹ ਸੁੱਕ ਪਿੰਡ ਦਾ ਕੰਮ ਹੈ ਸਿਰਫ ਇਸ ਪਿੰਡ ਹੀ ਨਹੀਂ, ਆਪਾਂ ਪੰਜਾਬ ਦੇ ਪਿੰਡ ਪਿੰਡ ਤੱਕ ਪਹੁੰਚਾ ਸਕਦੇ ਹਾਂ ਆਮ ਲੋਕਾਂ ਤੱਕ ਜਿਹੜਾ ਹੈਗਾ, ਤਾਂ ਜੋ ਵੱਧ ਤੋਂ ਵੱਧ ਜਿਹੜਾ ਪਾਣੀ ਹੈ ਜਿਹੜਾ ਮੁੱਢਲਾ ਸਰੋਤ ਹੈ ਆਪਣਾ ਉਹ ਖਤਮ ਹੁੰਦਾ ਜਾ ਰਿਹਾ, ਉਸ ਨੂੰ ਬਚਾਈਏ, ਧਰਤੀ ਨੂੰ ਜਿਹੜਾ ਹੈਗਾ ਮੁੜ ਪਾਣੀ ਦਈਏ ਤਾਂ ਜੋ ਆਪਣੀ ਜਿਹੜੀਆਂ ਫਸਲਾਂ ਨੇ ਇਸੇ ਤਰ੍ਹਾਂ ਲਹਿਰਾ ਸਕਣ, ਔਰ ਪੰਜਾਬ ਜੋ ਇੱਕ ਗ੍ਰੀਨ ਰੈਵੋਲਿਊਸ਼ਨ ਵਿੱਚ ਰਿਹਾ ਉਹ ਲਗਾਤਾਰ ਜਿਹੜਾ ਹੈਗਾ ਇਸੇ ਤਰ੍ਹਾਂ ਪੈਦਾਵਾਰ ਦਿੰਦਾ ਰਹੇ।